किस से पता पूछें मंजिले जाना, अपने प्यारे दा पता किस तो पूछिए, किस तो पूछिए। किस से पता पूछें मंजिले जाना, जिसको खबर थी तेरी वो बेखबर मिला। जिदे कोल खबर सी ऐ खुदा, तेरी खबर जिदे कोल सी वो ते दसण जोगा ही नहीं, वो ते दसण जोगा ही ना रहा। ते जिहड़े दसदे पए ने वो पहुँचे कोई नहीं, वो पहुँचे कोई नहीं। वो गलत पता दसदे पए ने, वो गलत ठिकाणा दसदे पए ने। ते जिहदे कोल सही पता है वो कहिंदा मेरी जबान दी पहुँच नहीं, मैं नहीं कह सकता, मैं नहीं दस सकता। ये दुविधा इसे वास्ते हजारां साल तो बनी गई मनुखी दुनिया च। जिन्हां ने जाणिया, जिन्हां कोल खबर सी वो खबर दसण जोगा नहीं, ते जिहड़े बेखबर ने वो खबरां दसदे पए ने, दसदे पए ने, रज के दसदे पए ने। दसदियां दसदियां थकदे भी ने, बड़ा दसदे पए, बड़े बैस मबासे नाल सारे साथी बैठे सन। थोड़े दिन एक सज्जन ने फोन की थी, जिस ब्रह्म ज्ञानी दे तुसी लक्षण दस दे, किधर पिछे कथा इस तरह की चली होगी, वो लक्षण मेरे विच हैं, आके देख लो, ये लक्षण मेरे विच हैं। मैं सारे ब्रह्म ज्ञानी दे लक्षण रखदा। ਤੁਸੀਂ ਕਹਿੰਦੇ ਹੋ ਕਰੋੜਾਂ 'ਚ ਕੋਈ ਇੱਕ ਅੱਧ ਹੁੰਦਾ, ਹਰ ਸ਼ਹਿਰ ਦੇ 'ਚ ਨਹੀਂ ਆਉਂਦਾ, ਆਉਂਦੇ ਨੇ। ਮੈਂ ਬ੍ਰਹਮ ਗਿਆਨੀ, ਮੈਂ ਬ੍ਰਹਮ ਗਿਆਨੀ, ਮੈਂ ਕਿਹਾ ਠੀਕ ਹੈ, ਹੁਣ ਤੇਰੇ ਨਾਲ ਬਹਿਸ ਕੀ ਕਰੀਏ, ਬਿਹਤਰ ਹੋਵੇਗਾ ਮੈਂ ਕਿਹਾ ਹੋਸਪਿਟਲ 'ਚ ਇਲਾਜ ਕਰਾ ਲੈ। ਮੈਂ ਫਿਰ ਨਹੀਂ ਕਹਿ ਕੇ ਜਾਨ ਛੁੜਾ, ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ, ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ, ਅਤੇ ਉਹਨਾਂ ਨੇ ਇਹ ਆਖਿਆ ਸੀ ਨਹੀਂ ਜਾਣਦੇ, ਨਹੀਂ ਜਾਣਦੇ, ਨਹੀਂ ਜਾਣਦੇ, ਸਾਨੂੰ ਕੁਛ ਵੀ ਪਤਾ ਨਹੀਂ, ਕੁਛ ਵੀ ਪਤਾ ਨਹੀਂ। ਉਹਨਾਂ ਦਾ ਇਹ ਕਹਿਣਾ ਗੁਸਤਾਖੀ ਮਾਫ, ਕੁਛ ਪਤਾ ਹੈ, ਕੁਛ ਪਤਾ ਹੈ। ਇਹ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ। ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ, ਨਹੀਂ ਕਥਨ ਕਰ ਸਕਦੇ, ਕੁਝ ਇਸ਼ਾਰਾ ਕਰ ਰਿਹਾ, ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ। ਕੋਈ ਖੇਡ ਬਣੇ, ਕੋਈ ਰਸ ਬਣੇ, ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਇੱਕ ਨੇ ਤਾਂ ਤੁਹਾਡੇ ਨੇੜੇ ਇੱਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਦਾਅਵਾ ਕੀਤਾ, ਅੰਮ੍ਰਿਤ ਵੇਲੇ ਹੀ ਆ ਕੇ ਸਿਰ ਖਾਂਦਾ ਸੀ। ਮੈਂ ਪਹਿਲੀ ਦਫ਼ਾ ਸਟੇਜ 'ਤੇ ਬ੍ਰਹਮ ਗਿਆਨ ਨੂੰ ਲਿਆਂਦਾ। ਮੈਂ ਕਿਹਾ ਲਿਆਂਦਾ ਹੋਵੇਗਾ, ਅੱਜ ਤੱਕ ਵਿਚਾਰੇ ਜਿੰਨੇ ਅਵਤਾਰ ਹੋਏ ਨੇ ਉਹ ਤਾਂ ਇਵੇਂ ਹੀ ਹੋਏ ਨੇ, ਤੋਂ ਹੀ ਲਿਆਂਦਾ ਹੋਵੇਗਾ ਪਹਿਲੀ ਦਫ਼ਾ। ਇਸ ਤਰ੍ਹਾਂ ਦੇ ਮਿਲਦੇ ਨੇ, ਬਹੁਤ ਆਦਤ 'ਚ ਮਿਲਦੇ ਨੇ। ਸੂਫੀ ਕਹਿੰਦਾ ਕਿਸ ਸੇ ਪਤਾ ਪੂਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਗੁਰੂ ਨਾਨਕ ਦੇਵ ਜੀ ਮਹਾਰਾਜ, ਸੋਈ ਅਜਾਨ, ਅਣਜਾਨ ਕਹਿ ਦਿਉ ਉਸਨੂੰ, ਮੂੜ ਕਹਿ ਦਿਉ, ਸੋਈ ਅਜਾਨ ਕਹੇ
ਮੈਂ ਜਾਣੇ ਗੁਰੂ ਨਾਨਕ। ਬਸ ਉਸੇ ਨੂੰ ਅਣਜਾਣ ਸਮਝ ਲਓ ਜਿਹੜਾ ਕਹਿੰਦਾ ਮੈਂ ਜਾਣ ਲਿਆ, ਮੈਨੂੰ ਪਤਾ ਹੈ ਮੈਂ ਬ੍ਰਹਮ ਗਿਆਨੀ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰੇ। ਪਰ ਜਿਹਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ। ਹਰ ਕਾ ਭਗਤ ਪ੍ਰਗਟ ਨਾ ਛਪੇ, ਨਹੀਂ ਛਪਦਾ। ਕਿਹਦੀ ਨਿਗਾਹ 'ਚ? ਜਾਣਨ ਵਾਲਿਆਂ ਦੀ ਨਿਗਾਹ, ਜਾਣਨ ਵਾਲਿਆਂ ਦੀ ਨਿਗਾਹ। ਇਸ ਨੂੰ ਪੰਚਦਸ਼ੀ ਦੇ ਕਰਤਾ ਨੇ ਇੰਜ ਵੀ ਲਿਖਿਆ, ਉਹ ਪ੍ਰਭੂ ਕੀ ਹੈ ਸ਼ਿਸ਼ ਪੁੱਛਦਾ, ਉਹਦੀ ਵਿਆਖਿਆ ਕਰਕੇ ਦੱਸੋ, ਬਿਆਨ ਕਰੋ। ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ, ਬਹੁਤ ਕੀਮਤੀ। ਉਹਨੂੰ ਆਖਿਆ ਇਹ ਵੇਚ ਕੇ ਆ ਜਾ, ਪਰ ਪਹਿਲੇ ਤੋਂ ਜਿੱਥੇ ਜਿੱਥੇ ਜਾਣਾ ਮੈਂ ਤੈਨੂੰ ਕਹਿਣਾ, ਤੂੰ ਦੱਸੀ ਉਹ ਦਿੰਦਾ ਕੀ ਹੈ, ਫਿਰ ਮੇਰੇ ਕੋਲ ਇਜਾਜ਼ਤ ਲੈ ਜਾਈ ਵੇਚਣ ਵਾਸਤੇ। ਉਹ ਜੋ ਫਜ਼ਾਨਾ ਸਬਜ਼ੀ ਵੇਚਦਾ ਨਾ, ਉਹਦੇ ਕੋਲ ਲੈ ਜਾ, ਬਈ ਮੈਂ ਪੱਥਰ ਵੇਚਣਾ ਲੈਣਾ ਹੀ। ਉਹ ਦੂਜਾ ਜੋ ਕੱਪੜੇ ਦੀ ਦੁਕਾਨ ਹੈ ਬਜਾਜ਼ੀ ਦੀ ਕੱਢੀ ਬੈਠਾ, ਉਹਦੇ ਕੋਲ ਜਾਏ ਅਤੇ ਕਹੀਂ ਮੈਂ ਵੇਚਣਾ, ਮੇਰੇ ਸੰਤ ਨੇ ਮੈਨੂੰ ਭੇਜਿਆ, ਉਹ ਕੀ ਮੁੱਲ ਤੈਨੂੰ ਦੱਸਦਾ। ਅਤੇ ਤੀਸਰਾ ਵੀ ਮੈਂ ਤੈਨੂੰ ਦੱਸਦਿਆਂ, ਉਹ ਜਿਹੜਾ ਕਸਾਈ ਹੈ ਮਾਸ ਵੇਚਦਾ ਉਹਦੇ ਕੋਲ ਚਲਾ ਜਾ, ਕਹੀਂ ਇਹ ਮੈਂ ਵੇਚਣਾ ਕੀ ਲਏਗਾ, ਮੈਨੂੰ ਆ ਕੇ ਦੱਸੀ, ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾਣੇ ਕੁੱਲ ਵੇਚਣਾ। ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦਿੰਦਾ, ਇੱਥੇ ਰੱਖ ਜਾ ਇਸ ਪੱਥਰ ਨੂੰ। ਕੱਪੜੇ ਵਾਲੇ ਨੇ ਕਹਿ ਦਿੱਤਾ ਚਲੋ ਇੱਕ ਚੋਲੇ ਦਾ ਕੱਪੜਾ ਤੈਨੂੰ ਦੇ ਦਿੰਦਾ, ਪੱਥਰ ਜ਼ਰਾ ਚਮਕਦਾ ਪਿਆ, ਠੀਕ ਹੈ ਰੱਖ ਲਿਆ। ਕਸਾਈ ਕੋਲ ਚਲਾ ਗਿਆ, ਕਹਿੰਦਾ ਲੋੜ ਤਾਂ ਆਪਣੇ ਨੂੰ ਕੋਈ ਨਹੀਂ ਇਸਦੀ, ਪਰ ਤੂੰ ਹੁਣ ਆਇਆ ਅਤੇ ਸੰਤ ਨੇ ਤੈਨੂੰ ਭੇਜਿਆ, ਚਲੋ ਇੱਕ ਡੰਗ ਦਾ ਮਾਸ ਲੈ ਜਾ, ਬਸ ਇੰਨਾ। ਉਹ ਵਾਪਸ ਆ ਗਿਆ, ਕਹਿਣ ਲੱਗਾ ਸੰਤ ਜੀ ਕਿਹਦੇ ਕੋਲ ਵੇਚਾਂ, ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ। ਸੰਤ ਨੇ ਆਖਿਆ ਹੁਣ ਇੱਕ ਚੌਥਾ ਵੀ ਹੈ ਉਹਦੇ ਕੋਲ, ਉਹ ਸੀ ਜੌਹਰੀ, ਉੱਥੇ ਹੋਆ, ਪਰ ਵੇਚੀ ਨਾ, ਮੈਨੂੰ ਆ ਕੇ ਦੱਸੇ, ਮੈਨੂੰ ਆ ਕੇ ਦੱਸੇ। ਜੌਹਰੀ ਕੋਲ ਗਿਆ, ਉਹਨੇ ਆਖਿਆ 10,000 ਸੋਨੇ ਦੀਆਂ ਮੋਹਰਾਂ ਲੈ ਲੈ, ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ, ਇਹ ਇਸ ਧਨ ਤੋਂ ਵੀ ਕੀਮਤੀ ਹੈ, ਕੀਮਤੀ ਹੈ। ਜੇ ਤੇਰਾ ਜੀ ਕਰੇ ਇਹ 10,000 ਮੋਹਰਾਂ ਲੈ ਲੈ, ਇਹਨੂੰ ਰੱਖ ਜਾ, ਪਰ ਇਹਦੀ ਕੀਮਤ ਨਹੀਂ ਹੈ, ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ, ਇੰਨਾ ਹੀ।
ਜੇ ਇਤਨੇ ਹੀ ਤੂੰ ਵੇਚਣਾ ਚਾਹੇ ਰੱਖ ਜਾ। ਦੰਗ ਰਹਿ ਗਿਆ। ਆ ਕੇ ਸੰਤ ਨੂੰ ਦੱਸਿਆ ਕਿਨੇ ਇੰਨਾ ਮੁੱਲ ਪਾਇਆ ਉਸਨੇ, ਅਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ, ਮੁੱਲ ਨਹੀਂ ਹੈ, ਆਪਣੇ ਕੋਲ ਹੋਰ ਹੈ ਨੇ, ਇੰਝ ਕਹਿੰਦਾ। ਪੰਚਦਸੀ ਨੇ ਬੜੀ ਰਸਦਾਇਕ ਇਹ ਜੋ ਹੈ ਕਹਾਣੀ ਦੱਸੀ ਹੈ। ਪੰਚਦਸੀ ਦਾ ਕਰਤਾ ਫਿਰ ਲਿਖਦਾ ਹੈ, ਸਬਜ਼ੀ ਮੰਡੀ ਇਹ ਵੇਚਣ ਵਾਲੇ, ਮਾਸ ਵੇਚਣ ਵਾਲੇ, ਕੱਪੜੇ ਵੇਚਣ ਵਾਲੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਹੀਰਾ ਅਤੇ ਕਿਧਰੇ ਕਿਧਰੇ ਵੇਚਦਾ, ਲੰਬੀ ਚੌੜੀ ਮਾਰਕੀਟ ਨਹੀਂ ਆਉਂਦੀ, ਲੰਬੇ ਚੌੜੇ ਬਾਜ਼ਾਰ ਨਹੀਂ ਆਉਂਦੇ, ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਜਗ੍ਹਾ ਬ੍ਰਹਮ ਗਿਆਨੀ ਨੂੰ ਸਮਝਣ ਵਾਲਾ ਵੀ ਨਹੀਂ ਆਉਂਦਾ। ਸੋਈ ਅਜਾਨ ਕਹੇ ਮੈਂ ਜਾਣਿਆ, ਮੈਂ ਜਾਣ ਲਿਆ। ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਮੋਹਰ ਲੱਗ ਗਈ, ਅਣਜਾਣ ਹੈ, ਨਹੀਂ ਜਾਣਦਾ, ਨਹੀਂ ਜਾਣਦਾ। ਗੁਰੂ ਨਾਨਕ ਕਹਿੰਦੇ ਇਸ 'ਤੇ ਮੋਹਰ ਲੱਗ ਗਈ, ਇਹ ਨਹੀਂ ਜਾਣਦਾ। ਸੋਈ ਅਜਾਨ ਕਹੇ ਮੈਂ ਜਾਣਿਆ। ਮੈਂ ਇਸ ਵਾਸਤੇ ਕਹਿ ਰਿਹਾ, ਅੱਜ ਤੱਕ ਬਹੁਤ ਸਾਰਿਆਂ ਨੇ ਮੇਰੇ ਅੱਗੋਂ ਦਾਅਵੇ ਕੀਤੇ ਨੇ ਅਸੀਂ ਬ੍ਰਹਮ ਗਿਆਨੀ ਹਾਂ। ਤੁਸੀਂ ਕੀ ਸਮਝਦੇ ਹੋ ਸਾਨੂੰ, ਅਸੀਂ ਬ੍ਰਹਮ ਗਿਆਨੀ ਹਾਂ? ਇੱਕ ਤਾਂ ਥੋੜ੍ਹੇ ਦਿਨ ਹੋਇਆ, ਔਖਾ ਹੀ ਹੋ ਗਿਆ, ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰਹਮ ਗਿਆਨੀ? ਮੈਂ ਕਿਹਾ ਨਹੀਂ ਬਾਬਾ ਜੀ, ਸ਼ੱਕ ਨਹੀਂ ਕਰਦੇ, ਤੁਸੀਂ ਬ੍ਰਹਮ ਗਿਆਨੀ ਮੰਨਦੇ ਹਾਂ। ਹੁਣ ਖੇੜਾ ਮੈਂ ਕਿਹਾ ਸਾਡਾ ਛੱਡੋ, ਇਹ ਬ੍ਰਹਮ ਗਿਆਨ ਸਿਰ ਦਾ ਭੋਜ ਬਣ ਗਿਆ। ਮੈਂ ਕਿਹਾ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ। ਸ੍ਰੀ 108, ਸ੍ਰੀ 111, ਆਪਣੇ ਨਾਲ ਲਖਬ ਜੋੜਨ ਵਾਲੇ ਬੜੇ ਨੇ, ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਅਹੁਦੇ ਰੁਤਬੇ ਉਪਾਧੀਆਂ ਜੋੜਨ ਵਾਲੇ ਮਿਲਣਗੇ। ਪਰ ਮਹਾਰਾਜ ਕਹਿੰਦੇ ਨੇ ਇੰਨੀਆਂ ਉਪਾਧੀਆਂ ਨਾਲ ਜੋੜਨਾ ਹੀ ਇਸ ਗੱਲ ਦਾ ਸਬੂਤ ਹੈ, ਨਹੀਂ ਜਾਣਦੇ, ਨਹੀਂ ਜਾਣਦੇ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰਹੇ। ਪਰ ਜੋ ਜਾਣਨ ਵਾਲਾ ਹੈ ਉਹ ਜਾਣਨ ਵਾਲਿਆਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿੰਦਾ, ਨਹੀਂ ਰਹਿੰਦਾ। ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਪਰ ਰਤਨ ਨਹੀਂ ਛੁਪੇਗਾ ਜੋਰੀ ਦੀ ਨਿਗਾਹ ਤੋਂ, ਸਬਜ਼ੀ ਵੇਚਣ ਵਾਲੀ ਦੀ ਨਿਗਾਹ ਤੋਂ ਛੁਪ ਜਾਏਗਾ, ਕਸਾਈ ਦੀ ਨਿਗਾਹ ਤੋਂ ਛੁਪ ਜਾਏਗਾ, ਬਜਾਜ ਦੀ ਦੁਕਾਨ, ਬਜਾਜੀ ਦੀ ਦੁਕਾਨ ਕਰਨ ਵਾਲੇ ਤੋਂ ਛੁਪ ਜਾਏਗਾ, ਕੋਈ ਜੌਹਰੀ ਪਹਿਚਾਣ ਲਏਗਾ। ਅਤੇ ਜੌਹਰੀ ਹਰ ਜਗ੍ਹਾ ਨਹੀਂ ਆਉਂਦੇ। ਕੱਪੜੇ ਦੀ ਪਰਖ ਕਰਨ ਵਾਲੇ, ਸਬਜ਼ੀ ਦੀ ਪਰਖ ਕਰਨ ਵਾਲੇ, ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨੇ, ਹੀਰੇ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਨਹੀਂ ਹੁੰਦੇ, ਹਰ ਜਗ੍ਹਾ ਨਹੀਂ ਹੁੰਦੇ। ਹਰ ਕਾ ਭਗਤ ਪ੍ਰਗਟ ਨਹਿ ਛਪੇ, ਅਨੇਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਸੋਈ ਅਜਾਨ ਅਣਜਾਣ ਸਮਝ ਲਓ, ਜਿਹੜਾ ਦਾਅਵਾ ਕਰੇ ਮੈਂ ਜਾਣੂੰਗਾ, ਜਾਣੂੰਗਾ। ਇਹ ਬਹੁਤ ਵੱਡੀ ਗੱਲ ਜਗਤ ਗੁਰੂ ਬਾਬੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖ ਦਿੱਤੀ ਹੈ।
ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ। ਸੂਫੀ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਕਿੱਸੇ ਪਤਾ ਪੁੱਛੇ ਮੰਜ਼ਲੇ ਜਾਣਾ, ਐ ਮੇਰੇ ਖੁਦਾ ਤੇਰੀ ਖਬਰ ਕਿਸ ਤੇ ਕੋਲੋਂ ਲਈ ਹੈ, ਕਿਸ ਕੋਲ ਪੁੱਛੀ ਹੈ। ਆਉਣਾ ਤਾਂ ਚਾਹੁੰਦੇ ਹਾਂ ਤੇਰੇ ਨਾਲ, ਜੁੜਨਾ ਤਾਂ ਚਾਹੁੰਦੇ ਹਾਂ, ਰਸ ਮਾਣਨਾ ਤਾਂ ਚਾਹੁੰਦੇ ਹਾਂ, ਤੇਰਾ ਪਿਆਰ ਤਾਂ ਬੜਾ ਜਾ ਗਿਆ, ਪਰ ਪੁੱਛੀਏ ਕਿਹਦੇ ਕੋਲ, ਕਿਹਦੇ ਕੋਲ ਪਤਾ ਪੁੱਛੀਏ। ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮੇਰਾ, ਜੋ ਤੇਰੇ ਵਿੱਚ ਲੀਨ ਸੀ ਉਹ ਤਾਂ ਕੁਝ ਕਹਿਣ ਜੋਗਾ ਨਹੀਂ, ਕਹਿੰਦਾ ਸੀ ਨੇਤੀ ਨੇਤੀ, ਇਹ ਵੀ ਨਹੀਂ ਇਹ ਵੀ ਨਹੀਂ, ਜੋ ਮੈਂ ਦੇਖਿਆ ਇਹ ਵੀ ਨਹੀਂ, ਜੋ ਮੈਂ ਬਿਆਨ ਕੀਤਾ ਇਹ ਵੀ ਨਹੀਂ, ਜੋ ਮੈਂ ਸਮਝਿਆ ਇਹ ਵੀ ਨਹੀਂ, ਮੇਰੀ ਸਮਝ ਦੀ ਸੀਮਾ, ਮੇਰੇ ਬਿਆਨ ਦੀ ਸੀਮਾ, ਮੇਰੇ ਸੁਣਨ ਦੀ ਸੀਮਾ, ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ। ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀਤਾ, ਕੀਤਾ ਹੈ ਕਥਨ, ਕਥਨ ਕਰ ਕਰਕੇ ਪਤਾ ਚੱਲਿਆ ਅਕਥ ਹੈ, ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ, ਕਹਿਣ ਨਾ ਜਾਈ ਅਕਥ। ਸ਼ਬਦ ਦਾ ਜੋ ਸਾਰਨ ਸੀ ਤੁਛ ਬੁੱਧੀ ਅਨੁਸਾਰ ਮੈਂ ਤੁਹਾਡੇ ਸਾਹਮਣੇ ਰੱਖਿਆ, ਛੰਦ ਕਈ ਨੇ ਸਲੋਕ ਕਈ ਨੇ, ਇਸ ਵਾਸਤੇ ਸਮੇਂ ਦੀ ਉਲੰਘਣਾ ਨਾ ਕਰੀਏ, ਹੁਣ ਤੁਸੀਂ ਅਖਰੀ ਅਰਥ ਜੋ ਹੈ ਸਰਵਨ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਅਕਾਲ।